ਡਾਕਟਰ ਦਲੀਪ ਗੌਰ ਤੇ ਵੰਨਾਂ ਦਾ ਨੋਵਲ ਰਣ ਪਿਤਰਾੰਦਾ ਪਹਿਲਾ ਅੰਕ ਲੰਡਨ ਦਾ ਇਕ ਘਰ ਘਰ ਦਾ ਇਕ ਕਮਰਾ ਕੈਥੀ ਹੈਂਡਬੈਗ ਚ ਚੀਜ਼ਾਂ ਪਾ ਰਹੀ ਹੈ ਅੱਜ ਸ਼ਾਮ ਨੂੰ ਉਹਨੇ ਹਸਪਤਾਲ ਦਾਖਲ ਹੋਣਾ ਹੈ ਪਰਸੋਂ ਆਪਰੇਸ਼ਨ ਹੈ ਪੇਟ ਚ ਰਸੌਲੀ ਹੈ ਹੋ ਸਕਦਾ ਕੈਂਸਰ ਹੀ ਹੋਵੇ ਡਾਕਟਰ ਮੈਨੂੰ ਦੱਸਦੇ ਨਾ ਹੋਣ ਸੋਚਦੀ 35 ਵਰਿਆਂ ਦੀ ਜਵਾਨ ਕੈਥੀ ਦਾ ਮੂੰਹ ਬਹੁਤ ਉਦਾਸ ਹੋ ਗਿਆ ਚੀਜ਼ਾਂ ਸੰਭਾਲਣੀਆਂ ਛਾੜੋ ਵਿਕਰਮ ਦੇ ਕਮਰੇ ਵੱਲ ਆਈ ਉਹ ਪੌਪ ਮਿਊਜ਼ਿਕ ਲਗਾਈ ਬੈੱਡ ਤੇ ਪਿਆ ਨੋਵਲ ਪੜ੍ਹ ਰਿਹਾ ਸੀ ਚੁੱਪਚਾਪ ਉਹ ਕੋਲ ਪਈ ਕੁਰਸੀ ਤੇ ਬੈਠ ਗਈ ਆਰ ਯੂ ਆਲ ਰਾਈਟ ਮਾਂ ਵਿਕਰਮ ਨੇ ਕਿਤਾਬ ਪਰਾਂ ਰੱਖ ਕੇ ਉਹਦੇ ਕੋਲ ਆਉਂਦੇ ਆ ਪੁੱਛਿਆ ਵਿੱਕੀ ਹਾਂ ਮਾਂ ਇਹ ਚਾਬੀ ਐ ਅਲਮਾਰੀ ਦੀ ਕੈਥੀ ਨੇ ਚਾਬੀ ਵਿਕਰਮ ਦੇ ਅੱਗੇ ਮੇਜ਼ ਤੇ ਰੱਖ ਦਿਆਂ ਕਿਆ ਆਈ ਡੂ ਨਾਟ ਨੀਡ ਇਟ ਯੂਲ ਗੈਟ ਵੈਲ ਮਾਂ ਕਾਰ ਦੇ ਪੇਪਰਸ ਕਾਰ ਦੇ ਪੇਪਰਸ ਇੰਸ਼ੋਰੈਂਸ ਦੇ ਪੇਪਰਸ ਬੈਂਕ ਦੀ ਕਾਪੀ ਸਭ ਬਲਮਾਰੀ ਵਿੱਚ ਹੀ ਹਨ ਨਹੀਂ ਮਾਂ ਤੁਸੀਂ ਛੇਤੀ ਠੀਕ ਹੋ ਕੇ ਘਰ ਆ ਜਾਓਗੇ ਵਿਕਰਮ ਨੇ ਉਹਦਾ ਹੱਥ ਫੜ ਕੇ ਆਖਿਆ ਠੀਕ ਹੈ ਬੇਟੇ ਤੂੰ ਹੁਣ ਵੱਡਾ ਵੀ ਹੋ ਗਿਆ ਹੈ ਬੀਏ ਦਾ ਸਟੂਡੈਂਟ ਹੈ ਹੋ ਸਕਦਾ ਮੈਨੂੰ ਹਸਪਤਾਲ ਕਾਫੀ ਚਿਰ ਲੱਗ ਜਾਏ ਮਾਂ ਹਾਂ ਡੋਂਟ ਯੂ ਵਾਂਟ ਟੂ ਇਨਫੋਰਮ ਡੈਡੀ ਕੈਥੀ ਦੇ ਚਿਹਰੇ 'ਤੇ ਇੱਕ ਪਰਛਾਵਾਂ ਲੰਘਿਆ ਮਨੋ ਉਹਦੇ ਨੇ ਯਾਦ ਆਇਆ ਜਦੋਂ ਇੱਕ ਦਿਨ ਦਫ਼ਤਰ ਤੋਂ ਆ ਕੇ ਉਹਦੇ ਪਤੀ ਕਰਮਿੰਦਰ ਨੇ ਆਖਿਆ ਸੀ ਕੈਥੀ ਮੈਂ ਇੰਡੀਆ ਜਾ ਕੇ ਘਰਦਿਆਂ ਦਾ ਪਤਾ ਕਰਕੇ ਆਉਣਾ ਚਾਹਨਾ ਪੰਜਾਬ 'ਚ ਬਹੁਤ ਗੜਬੜ ਹੈ ਆਪਰੇਸ਼ਨ ਬਲੂ ਸਟਾਰ ਮਿਸਿਸ ਗਾਂਧੀ ਦਾ ਕਤਲ ਮਗਰੋਂ ਥਾਪੁਰ ਥਾਂ ਸਿੱਖਾਂ ਦਾ ਮਾਰਿਆ ਜਾਣਾ ਸਭ ਕੁਝ ਉਹਨੇ ਟੈਲੀਵਿਜ਼ਨ ਤੇ ਦੇਖਿਆ ਸੀ ਤੇ ਉਹ ਕਿੰਨੀਆਂ ਹੀ ਚਿੱਠੀਆਂ ਘਰ ਲਿਖ ਚੁੱਕਿਆ ਸੀ ਮਸਾਈ ਕੱਦੀ ਦਾ ਹੀ ਜਵਾਬ ਆਇਆ ਸੀ ਖਬਰਾਂ ਤੋਂ ਬਿਨਾਂ ਫਵਾਹਾਂ ਵੀ ਬੜੀਆਂ ਮਾੜੀਆਂ ਸੁਣਿੰਦੀਆਂ ਸਨ ਕੋਈ ਆਖਦਾ ਸੀ ਸਰਕਾਰ ਨੇ ਸਾਰੇ ਪੰਜਾਬ ਤੇ ਬੰਬ ਸੁੱਟਵਾ ਦੇਣੇ ਐ ਤੇ ਨਾਮ ਪਾਕਿਸਤਾਨ ਦਾ ਲਾ ਦੇਣਾ ਕੋਈ ਦੱਸਦਾ ਸੀ ਅਮ੍ਰਿਤਸਰ ਗੁਰਦਾਸਪੁਰ ਜ਼ਿਲ੍ਹਿਆਂ 'ਚ 10 ਸਾਲ ਕੋਈ ਜੰੰਝ ਨਹੀਂ ਚੜੇਗੀ ਕਿਉਂਕਿ ਜਵਾਨ ਮੁੰਡਾ ਕੋਈ ਛੱਡਿਆ ਹੀ ਨਹੀਂ ਟੈਰਰਿਸਟ ਆ ਕੇ ਬਹੁਤ ਬਹੁਤੇ ਮੁੰਡੇ ਝੂਠੇ ਪੁਲਿਸ ਮੁਕਾਬਲਿਆਂ 'ਚ ਮਰਵਾ ਦਿੱਤੇ ਗਏ ਇਕੇ ਦੁੱਖੇ ਜੋ ਬਚੇ ਉਹ ਲੁਕ ਛਿਪ ਕੇ ਬਾਰਡਰ ਟੱਪ ਗਏ ਤੇ ਪਾਕਿਸਤਾਨ ਚ ਜਾ ਚੁਪੇ ਐ ਕੋਈ ਆਖਦਾ ਸੀ ਸੀਆਰਪੀ ਦੇ ਜਵਾਨ ਪਿੰਡਾਂ ਚ ਜਿਹਦੇ ਮਰਜ਼ੀ ਘਰ ਜਾ ਵੜਦੇ ਐ ਆਦਮੀਆਂ ਨੂੰ ਫੜ ਕੇ ਲੈ ਜਾਂਦੇ ਔਰਤਾਂ ਨੂੰ ਤੇ ਬੇਇੱਜ਼ਤੀ ਕਰਦੇ ਐ ਕਰਮਿੰਦਰ ਨੂੰ ਆਪਣਾ ਘਰ ਚੇਤੇ ਆਉਂਦਾ ਆਪਣੇ ਘਰ ਦੇ ਚੇਤੇ ਆਉਂਦੇ ਉਹਦਾ ਇੱਕ ਮਨ ਕਰਦਾ ਕੈਥੀ ਨੂੰ ਸਭ ਕੁਝ ਦੱਸ ਦਈ ਤੇ ਆਪਣੇ ਘਰਦਿਆਂ ਨੂੰ ਇੱਧਰ ਸੱਦ ਲਏ ਫਿਰ ਉਹ ਝਿਜਕ ਜਾਂਦਾ ਕਿ ਕੈਥੀ ਖਬਰੇ ਸਭ ਕਾਸੀ ਨੂੰ ਕਿਵੇਂ ਲਵੇ ਪੰਜਾਬ ਚ ਬਹੁਤ ਗੜਬੜ ਐ ਜਾਣਾ ਠੀਕ ਰਹੇਗਾ ਕੈਥੀ ਨੇ ਪੁੱਛਿਆ ਜਾਣਾ ਤਾਂ ਹੈ ਹੀ ਅਪਾ ਤਾਂ ਸੋਚਦੇ ਸੀ ਇਕੱਠੇ ਚੱਲਾਂਗੇ ਹਿੰਦੁਸਤਾਨ ਜੇ ਸਭ ਕੁਝ ਠੀਕ ਠਾਕ ਰਿਹਾ ਕਦੇ ਚੱਲਾਂਗੇ ਵੀ ਪਰ ਰੱਬ ਨਾ ਕਰੇ ਜੇ ਕੁਝ ਮੈਨੂੰ ਹੋ ਗਿਆ ਤਾਂ ਤੂੰ ਬਿਕਰਮ ਦੀ ਹਿੰਦੀ ਪੰਜਾਬੀ ਦੀ ਪੜ੍ਹਾਈ ਬੰਦ ਨਾ ਕਰੇ ਤਾਂ ਜੋ ਜਦੋਂ ਵੀ ਉਹ ਇੰਡੀਆ ਪੰਜਾਬ ਜਾਵੇ ਬਿਲਕੁਲ ਅਜਨਬੀ ਨਾ ਮਹਿਸੂਸ ਕਰੇ ਇੱਕ ਗੱਲ ਹੋਰ ਦੂਸਰੀ ਸ਼ਾਦੀ ਕਰਨ ਤੋਂ ਪਹਿਲਾਂ ਬਿਕਰਮ ਨੂੰ ਪੰਜਾਬ ਭੇਜ ਦੇਈ ਮੇਰੇ ਮਾਂ-ਬਾਪ ਕੋਲ ਕਰਮਿੰਦਰ ਨੇ ਬੋਝ ਲਵਾਸ ਰੱਖਿਆ ਸੀ ਇਹ ਕੀ ਆਖ ਰਿਓ ਇਸ ਤੋਂ ਨਾ ਜਾਓ ਉੱਥੇ ਕੈਥੀ ਨੇ ਕਬਰਾ ਕੇ ਆਖਿਆ ਸੀ ਨਹੀਂ ਕੈਥੀ ਇਹ ਨਹੀਂ ਹੋ ਸਕਦਾ ਕਿ ਇਸ ਔਖੇ ਵੇਲੇ ਮੈਂ ਉੱਥੇ ਨਾ ਜਾਵਾਂ ਪੰਜਾਬ ਦੀ ਅਸਲ ਪ੍ਰੋਬਲਮ ਕੀ ਹੈ ਤੂੰ ਤਾਂ ਦੱਸਿਆ ਸੀ ਹਿੰਦੁਸਤਾਨ ਦਾ ਸਭ ਤੋਂ ਵੱਧ ਅਮੀਰ ਸੂਬਾ ਪੰਜਾਬ ਹੀ ਹੈ ਸਭ ਤੋਂ ਤਕੜੇ ਤੇ ਬਹਾਦਰ ਲੋਕ ਵੀ ਉੱਥੇ ਹੀ ਹੈ ਤੇ ਸਭ ਤੋਂ ਵੱਧ ॠषि मुनि ਤੇ ਗੁਰੂ ਉਸੇ ਧਰਤੀ ਤੇ ਹੋਏ ਹੈ ਇਹ ਸਭ ਗੱਲਾਂ ਠੀਕ ਹੈ ਕੈਥੀ ਇਸੇ ਲਈ ਉੱਥੋਂ ਦੇ ਲੋਕ ਜੀਉਣ ਮਰਨ ਦੇ ਉਹ ਅਰਥ ਨਹੀਂ ਲੈਂਦੇ ਜੋ ਆਮ ਲੋਕਾਂ ਦੇ ਹੁੰਦੇ ਐ ਇਸ ਵੇਲੇ ਜੋ ਸੰਕਟ ਐ ਉਹਦੇ ਕੋਈ ਇਮੀਡੀਏਟ ਕਾਰਨ ਤਾਂ ਹੋਣਗੇ ਅਸਲ ਕਾਰਨ ਦੇਸ਼ ਦੀ ਵੰਡ ਐ ਜ ਜਿਹਨੇ ਮੁਸਲਮਾਨਾਂ ਨੂੰ ਪਾਕਿਸਤਾਨ ਦੇ ਦਿੱਤਾ ਹਿੰਦੂਆਂ ਨੂੰ ਹਿੰਦੁਸਤਾਨ ਅਸਲ 'ਚ ਸਿੱਖੀਸਮ ਇਸਲਾਮ ਤੇ ਹਿੰਦੂਇਜ਼ਮ ਦਾ ਸੁਮੇਲ ਸੀ ਦੇਸ਼ ਦੀ ਵੰਡ ਨੇ ਸਿੱਖਾਂ ਦੀ ਜਿਵੇਂ ਰੈਲੇਵੈਂਸੀ ਗਵਾ ਦਿੱਤੀ ਤੇ ਉਹ Hindu ਧਰਮ ਦੀ ਇੱਕ ਨਿਮਾਣੀ ਛਾਕ ਬਣ ਕੇ ਜਿਉਣ ਲਈ ਤਿਆਰ ਨਹੀਂ ਕੀ ਧਰਮ ਅਜਿਹੀ ਏਡੀ ਵੱਡੀ ਫੋਰਸ ਐ ਇੰਡੀਆ ਵਿੱਚ ਕੈਥੀ ਨੇ ਪੁੱਛਿਆ ਇੰਡੀਆ ਦਾ ਤਾਂ ਪਤਾ ਨਹੀਂ ਸਿੱਖਾਂ ਲਈ ਧਾਰਮਿਕ ਵੇ ਆਫ ਲਾਈਫ ਹੈ ਸਿਰਫ ਧਰਮ ਨਹੀਂ ਤੋ ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਤਰਜਮਾ ਹੀ ਬੇਸ਼ੱਕ ਪੜ੍ਹ ਕੇ ਵੇਖ ਲੈ ਉਥੇ ਥਾਂ ਪਰ ਥਾਂ ਜਿਉਣ ਦੀ ਜਾਂਚ ਦੱਸੀ ਹੈ ਤੇ ਮਰਨ ਦੀ ਜਾਂਚ ਵੀ ਕਰਮਿੰਦਰ ਨੇ ਹੱਸ ਕੇ ਆਖਿਆ ਕੋਈ ਮਰਨ ਦੀ ਵੀ ਜਾਂਚ ਹੁੰਦੀ ਹੈ ਕੈਥੀ ਪੁੱਛ ਰਹੀ ਸੀ ਜਿਹੜੇ ਲੋਕ ਮੌਤ ਦੇ ਅਰਥ ਨਹੀਂ ਜਾਣਦੇ ਉਹ ਜਿਉਣ ਦੇ ਅਰਥ ਵੀ ਨਹੀਂ ਜਾਣ ਸਕਦੇ ਮੈਨੂੰ ਇੰਡੀਅਨ ਲੋਕਾਂ ਦਾ ਨਿਰਸਤਾ ਉੱਤੇ ਜਿਉਣ ਦੀ ਥਾਂ ਡੁੰਗਾਈ ਚ ਕਿਦਰੇ ਮਿਸਟਰੀਅਸ ਫੋਰਸਸ ਦੇ ਨਾਲ ਜੁੜੇ ਹੋਣਾ ਬਹੁਤ ਚੰਗਾ ਲੱਗਦਾ ਹੈ ਕੈਥੀ ਦੱਸ ਰਹੀ ਸੀ ਤੈਨੂੰ ਇਹ ਵੀ ਇੱਕ ਮਿਸਟਰੀ ਨਹੀਂ ਲੱਗਦੀ ਕਿ ਮੈਂ ਕਿੱਥੇ ਜੰਮਿਆ ਪਲਿਆ ਹਜ਼ਾਰਾਂ ਮੀਲ ਦੂਰ ਆ ਕੇ ਤੈਨੂੰ ਲੱਭ ਲਿਆ ਕਰਮਿੰਦਰ ਨੇ ਹੱਸ ਕੇ ਪੁੱਛਿਆ ਬਿਲਕੁਲ ਤੇ ਫਿਰ ਵਿਕਰਮ ਨੇ ਸਾਨੂੰ ਦੋਵਾਂ ਨੂੰ ਲੱਭ ਲਿਆ ਕੈਥੀ ਆਖ ਰਹੀ ਸੀ ਹਾਂ ਪਰ ਅਜੇ ਹਿੰਦੁਸਤਾਨ ਨੇ ਵਿਕਰਮ ਨੂੰ ਲੱਭਣਾ ਹੈ ਇਸੇ ਲਈ ਉਹਨੂੰ ਹਿੰਦੀ ਤੇ ਪੰਜਾਬੀ ਬੋਲੀਆਂ ਸਿਖਾਈਆਂ ਹੋ ਸਕਦਾ ਬਿਕਰਮ ਕਦੇ ਆਪਣੀਆਂ ਜੜ੍ਹਾਂ ਦੀ ਤਲਾਸ਼ 'ਚ ਹਿੰਦੁਸਤਾਨ ਨੂੰ ਲੱਭੇ ਕਦੇ ਆਪਾਂ ਸਾਰੇ ਹਿੰਦੁਸਤਾਨ ਚੱਲਾਂਗੇ ਕੈਥੀ ਉੱਥੇ ਦੇਖਾਂਗੇ ਹਿੰਦੁਸਤਾਨ ਸਾਡੇ ਵਿੱਚੋਂ ਆਪਣੇ ਆਪ ਨੂੰ ਲੱਭਦਾ ਹੈ ਕਿ ਅਸੀਂ ਹਿੰਦੁਸਤਾਨ 'ਚੋਂ ਆਪਣੇ ਆਪ ਨੂੰ ਲੱਭਦੇ ਹਾਂ ਕਦੋਂ ਚੱਲਾਂਗੇ ਆਪਾਂ ਇੰਡੀਆ ਕੈਥੀ ਨੇ ਉਤਾਵਲੀ ਹੋ ਕੇ ਪੁੱਛਿਆ ਸੀ ਹਾਲਾਤ ਠੀਕ ਹੋਣ ਤੇ ਚੱਲਾਂਗੇ ਕਰਮਿੰਦਰ ਨੇ ਜਦੋਂ ਆਖਿਆ ਉਹ ਸੋਚਾਂ ਜਿਗਾਂ 'ਚ ਕਿਦਰੇ ਗਵਾਚ ਗਿਆ ਕਮੀ ਕੈਥੀ ਨੇ ਜਿਵੇਂ ਆਵਾਜ਼ ਮਾਰੀ ਹਾਂ ਕਰਮਿੰਦਰ ਜਿਵੇਂ ਨੀਂਦ ਚੋਂ ਜਾਗਿਆ ਕੀ ਸੋਚ ਰਹੇ ਹੋ ਕੈਥੀ ਦੱਸੋ ਕੈਥੀ ਜੇ ਕਦੀ ਮੇਰੇ ਕੋਲੋਂ ਕੋਈ ਗਲਤੀ ਹੋ ਗਈ ਹੋਵੇ ਗੁਨਾਹ ਹੋ ਜਾਏ ਤਾਂ ਮੈਨੂੰ ਮaaf ਕਰ ਦੇਣਗੀ ਕਿ ਛੱਡ ਕੇ ਚਲੀ ਜਾਣਗੀ ਕਿਉਂ ਜੀਆਂ ਗੱਲਾਂ ਕਰਦੇ ਹੋ ਕੈਥੀ ਨੇ ਲਾੜ ਨਾਲ ਉਹਦੇ ਕੋਲ ਸਰਕਦਿਆਂ ਨਹੋਰੇ ਨਾ ਲੱਗਿਆ ਕੈਥੀ ਜੇ ਮੈਂ ਸੱਚ ਮੁੱਚ ਕੁਝ ਗਲਤ ਕੀਤਾ ਹੋਵੇ ਕਰਮਿੰਦਰ ਨੇ ਸੰਜੀਦਗੀ ਨਾਲ ਪੁੱਛਿਆ ਉਹਦਾ ਕੋਈ ਕਾਰਨ ਹੋਏਗਾ ਕੈਥੀ ਤੂੰ ਸੀ ਤੇਰੀ ਮੁਹੱਬਤ 'ਚ ਮੈਂ ਨਾ ਬੇਬਸ ਹੋ ਗਿਆ ਸੀ ਕਿ ਤੈਨੂੰ ਹਾਸਲ ਕਰਨ ਲਈ ਮੈਂ ਕੁਝ ਵੀ ਕਰ ਸਕਦਾ ਸੀ ਮੈਂ ਬੜੀ ਖੁਸ਼ ਆਂ ਕਿ ਤੇਰੇ ਮਨ 'ਚ ਮੇਰਾ ਇੰਨਾ ਮੁੱਲ ਹੈ ਕੈਥੀ ਨੇ ਹੱਸ ਕੇ ਆਖਿਆ ਇਸੇ ਲਈ ਮੈਂ ਤੇਰੇ ਅੱਗੇ ਝੂਠ ਬੋਲਿਆ ਸੀ ਕਿ ਮੈਂ ਸ਼ਾਦੀशुदा ਨਹੀਂ ਦੇਸ ਮੇਰੀ ਸ਼ਾਦੀ ਹੋ ਚੁੱਕੀ ਸੀ ਤੇ ਮੇਰੀ ਇੱਕ ਬੱਚੀ ਵੀ ਸੀ ਆਖਦੇ ਕਰਮਿੰਦਰ ਨੇ ਝੁੰਜਲਾ ਕੇ ਕੈਥੀ ਦਾ ਹੱਥ ਫੜ ਲਿਆ ਇਹਦਾ ਮਤਲਬ ਹੈ ਕਮੀ ਤੂੰ ਇੱਕ ਨਹੀਂ ਦੋ ਔਰਤਾਂ ਨੂੰ ਧੋਖਾ ਦਿੱਤਾ ਆਪਣੀ بیوی ਨੂੰ ਤੂੰ ਇਹ ਨਹੀਂ ਦੱਸਿਆ ਹੋਣਾ ਕਿ ਇੱਥੇ ਤੂੰ ਮੇਰੇ ਨਾਲ ਵਿਆਹ ਕਰ ਲਿਆ ਤੇ ਤੇਰੇ ਇੱਕ ਬੇਟਾ ਵੀ ਹੈ ਕੈਥੀ ਨੇ ਜ਼ਰਾ ਤਲਕ ਹੋ ਕੇ ਪੁੱਛਿਆ ਨਹੀਂ ਸੁਖਜੀਤ ਨੂੰ ਮੇਰੀ بیوی ਦਾ ਨਾਮ ਸੁਖਜੀਤ ਹੈ ਮੈਂ ਜਾ ਕੇ ਆਖਿਆ ਸੀ ਕਿ ਮੈਂ ਕੈਥੀ ਬਿਨਾਂ ਜੀ ਨਹੀਂ ਸਕਦਾ ਮੈਨੂੰ ਇਹ ਵੀ ਦੱਸਿਆ ਸੀ ਕਿ ਐਸੀ ਗੱਲ ਨਹੀਂ ਕਿ ਤੈਨੂੰ ਪਸੰਦ ਨਹੀਂ ਕਰਦਾ ਜਾਂ ਤੇਰੇ 'ਚ ਕੋਈ ਕਮੀ ਹੈ ਤੇ ਉਹ ਮੰਨ ਗਈ ਹੈਨਾ ਕੈਥੀ ਨੇ ਵਿਅੰਗ ਨਾਲ ਪੁੱਛਿਆ ਨਹੀਂ ਕੁਝ ਦਿਨੋਂ ਬਹੁਤ ਰੋਂਦੀ ਰਹੀ ਉਹਨੇ ਵੀ ਆਖਿਆ ਜੇ ਮੇਰੀ ਬੇਟੀ ਨਾ ਹੁੰਦੀ ਤਾਂ ਮੈਂ ਆਤਮ ਹੱਤਿਆ ਕਰਕੇ ਤੁਹਾਡੇ ਰਾਹ ਚੋਂ ਹਟ ਜਾਂਦੀ ਮੂਰਖ ਸਿੰਘ ਜੋ ਇਹ ਉ ਆਖਿਆ ਮੈਂ ਵਸੀਅਤ ਲਿਖ ਕੇ ਉਹਨੂੰ ਦੇ ਦਿੰਦੀ ਐ ਕਿ ਮੇਰੀ ਸਾਰੀ ਜਾਇਦਾਦ ਦੀ ਹੱਕਦਾਰ ਸੁਖਜੀਤ ਤੇ ਸਿਰਫ ਸੁਖਜੀਤ ਐ ਮੈਂ ਵੀ ਆਖਿਆ ਮੈਂ ਪਹਿਲਾਂ ਵਾਂਗੀ ਹਿੰਦੁਸਤਾਨ ਆਉਂਦਾ ਰਹਾਂਗਾ ਉਹਦੇ ਹਰ ਦੁੱਖ ਸੁੱਖ ਚ ਉਹਦੇ ਨਾਲ ਹੋਵਾਂਗਾ ਫਿਰ ਮੰਨ ਗਈ ਉਹ ਨਹੀਂ ਬਸ ਰੋਂਦੀ ਰਹੀ ਅਖੀਰ ਮੈਂ ਆਖਿਆ ਜੇ ਤੂੰ ਇਸੇ ਤਰ੍ਹਾਂ ਕਰੇਂਗੀ ਤਾਂ ਮੈਂ ਸੱਚ ਆਖਦਾ ਮੈਨੂੰ ਕੁਝ ਹੋ ਜਾਏਗਾ ਮੈਂ ਆਪਣੀ ਗੋਲੀ ਮਾਰ ਲੈਣੀ ਹੈ ਇਸ ਧਮਕੀ ਨਾਲ ਉਹ ਮੰਨ ਗਈ ਇਹ ਧਮਕੀ ਨਹੀਂ ਸੀ ਕਹਿਤੀ ਸੱਚ ਸੀ ਫਿਰ ਫਿਰ ਉਹਨੇ ਆਖਿਆ ਜੋ ਮਰਜ਼ੀ ਕਰੋ ਪਰ ਮੇਰੀ ਇੱਕ ਗੱਲ ਮੰਨ ਲਓ ਇੱਥੇ ਕਿਸੇ ਨੂੰ ਨਾ ਦੱਸਣਾ ਕਿ ਉੱਥੇ ਵਿਲਾਇਤ ਵਿੱਚ ਤੁਸੀਂ ਵਿਆਹ ਕੀਤਾ ਹੈ ਮੈਨੂੰ ਲੋਕਾਂ ਦੀਆਂ ਨਜ਼ਰਾਂ 'ਚ ਹੌਲਿਆ ਨਾ ਪਾਉਣਾ ਖਮਾਲ ਹੈ ਆਪਣੀ ਜ਼ਿੰਦਗੀ ਨਾਲੋਂ ਉਹਨੂੰ ਇਹ ਵਧੇਰੇ ਫਿਕਰ ਹੈ ਕਿ ਲੋਕ ਕੀ ਸੋਚਣਗੇ ਮੈਂ ਉਹਦੀ ਥਾਂ ਹੁੰਦੀ ਤਾਂ ਆਖਦੀ ਜਾਂ ਦਫਾ ਹੋ ਜਾਏ ਤੋ ਹਿੰਦੁਸਤਾਨੀ ਔਰਤ ਬਹੁਤ ਕੁਝ ਬਰਦਾਸ਼ਤ ਕਰ ਲੈਂਦੀ ਹੈ ਕਹਤੀ ਇਹ ਗਲਤ ਹੈ ਕਮੀ ਪਰ ਮੈਂ ਉਹਦਾ ਸ਼ੁਕਰਗੁਜ਼ਾਰ ਹਾਂ ਕਿ ਅਜੇ ਤੱਕ ਵੀ ਉਹਦਾ ਕਿਸੇ ਹੋਰ ਬੰਦੇ ਚ ਇੰਟਰਸਟ ਨਹੀਂ ਬਣਿਆ ਕਰਵਿੰਦਰ ਹੱਸ ਪਿਆ ਅੱਖਾਂ ਲੱਗਾ ਹਿੰਦੁਸਤਾਨ ਚੌੜਤਾ ਆਪਣੇ ਪਰਿਵਾਰਾਂ ਲਈ ਜੀਉਂਦੀਆਂ ਹਨ ਆਪਣੇ ਆਪ ਲਈ ਨਹੀਂ ਰੱਬੇ ਤੁਸੀਂ ਆਪਣੀ ਜ਼ਿੰਦਗੀ ਆਪ ਜੀਉਣੀ ਹੈ ਤੁਹਾਡੀ ਜ਼ਿੰਦਗੀ ਤੁਹਾਡੇ ਪਰਿਵਾਰ ਨੇ ਨਹੀਂ ਜੀਉਣੀ ਉਥੇ ਇਸ ਤਰ੍ਹਾਂ ਨਹੀਂ ਗਲਤ ਹੈ ਫਿਰ ਗਲਤ ਠੀਕ ਵੀ ਹਰ ਸਮੇਂ ਦੇ ਹਰ ਸਮਾਜ ਦੇ ਹਰ ਵਿਅਕਤੀ ਦੇ ਆਪਣੇ ਆਪਣੇ ਹੁੰਦੇ ਨੇ ਇਹ ਕੋਈ ਦਲੀਲ ਨਹੀਂ ਕਿ ਉਸ ਤੁਹਾਡੀ ਵਾਈਫ ਨੇ ਅਜੇ ਤੱਕ ਵੀ ਤੁਹਾਡੇ ਉਸ ਦੇ ਪਤੀ ਹੋਣ ਦੇ ਢੋਂਗ ਨੂੰ ਕਾਇਮ ਰੱਖਿਆ ਹੋਇਆ ਹੈ ਹਿੰਦੁਸਤਾਨ ਚ ਰਿਸ਼ਤੇ ਕਈ ਸਾਲਾਂ ਤੀਕ ਤੱਕ ਹੀ ਕਈ ਜਨਮਾਂ ਤੱਕ ਚਲੇ ਜਾਂਦੇ ਹਨ ਕਰਮਿੰਦਰ ਨੇ ਹੱਸ ਕੇ ਆਖਿਆ ਤੇਰਾ ਖਿਆਲ ਹੈ ਉਹ ਅਗਲੇ ਜਨਮ ਵੀ ਜੇ ਅਗਲਾ ਜਨਮ ਹੁੰਦਾ ਹੈ ਚਾਹੇਗੀ ਕਿ ਤੂੰ ਉਹਦਾ ਪਤੀ ਹੋਵੇਂ ਹਾਂ ਤੇ ਨਾਲ ਹੀ ਚਾਹੇਗੀ ਉਦੋਂ ਮੈਂ ਉਹਨੂੰ ਛੱਡ ਕੇ ਨਾ ਜਾਵਾਂ ਇਹਦਾ ਮਤਲਬ ਹੈ ਤੁਹਾਡੀਆਂ ਔਰਤਾਂ ਹੀ ਤੁਹਾਨੂੰ ਵਿਗਾੜਦੀਆਂ ਨੇ ਕੈਥੀ ਨੇ ਆਖਿਆ ਉੱਠ ਕੇ ਟੈਲੀਵਿਜ਼ਨ ਔਨ ਕਰ ਦਿੱਤਾ ਇਹ ਸਭ ਗੱਲਾਂ ਉਹਨੂੰ ਕਿਤੇ ਬੇਆਰਾਮ ਕਰ ਗਈਆਂ ਸਨ ਮਾਂ ਡੈਡੀ ਨੂੰ ਨਹੀਂ ਖਬਰ ਕਰਨੀ ਕਿ ਤੁਸੀਂ ਬਿਮਾਰ ਹੋ ਵਿਕਰਮ ਅਜੇ ਵੀ ਪੁੱਛ ਰਿਹਾ ਸੀ ਧੰਨਵਾਦ ਚਲਦਾ